इतिहास की सब तो बदसूरत औरत की सच्ची कहानी है जिसन मरण तो बाद भी शांति अमन ते चैन नसीब नहीं होया सी। मरण तो 100 साल बाद तक इस औरत की डेड बॉडी लोगों के सामने दिखावे रखा गया ते इस दे मरण तो 150 साल बाद इस औरत नू किते जाके कफन नसीब होया सी। अज की इस वीडियो दे विच मैं तुहानू दुनिया की अजिही एक औरत बारे दसूंगा जिसनू दुनिया की सब तो ज्यादा बदसूरत औरत मनिया गया है। ਤੁਸੀਂ ਇਸ ਵਿਚਾਰੀ ਔਰਤ ਨੂੰ ਸਭ ਤੋਂ ਬਦਸੂਰਤ ਹੀ ਨਹੀਂ ਸਭ ਤੋਂ ਜ਼ਿਆਦਾ ਬਦ ਨਸੀਬ ਵੀ ਕਹਿ ਸਕਦੇ ਹੋ। ਮੇਰੇ ਹਿਸਾਬ ਦੇ ਨਾਲ ਸੋਹਣਾ ਤੇ ਬਦਸੂਰਤ ਕੋਈ ਵੀ ਨਹੀਂ ਹੁੰਦਾ, ਪਰਮਾਤਮਾ ਸਭ ਨੂੰ ਇੱਕੋ ਜਿਹਾ ਬਣਾਉਂਦਾ ਹੈ। ਪਰ ਜੋ ਰੀਅਲ ਫੈਕਟ ਨੇ ਉਹ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਰੱਖੂੰਗਾ। ਖੁਸ਼ੀ ਨਾਮ ਦੀ ਕੀ ਚੀਜ਼ ਹੁੰਦੀ ਹੈ ਇਸ ਔਰਤ ਨੂੰ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਪਤਾ ਤੱਕ ਨਹੀਂ ਸੀ। ਜਿਉਂਦੇ ਜੀ ਅਤੇ ਮਰਨ ਤੋਂ ਬਾਅਦ ਵੀ ਜੂਲੀਆ ਪੈਟਰਾਨਾ ਨੂੰ ਕਿਸੇ ਨੇ ਵੀ ਸਨਮਾਨ ਦੀਆਂ ਨਜ਼ਰਾਂ ਦੇ ਨਾਲ ਨਹੀਂ ਦੇਖਿਆ। ਇਸ ਨੂੰ ਬਸ ਇੱਕ ਚੀਜ਼ ਹੀ ਸਮਝਿਆ ਗਿਆ। ਜੂਲੀਆ ਪੈਟਰਾਨਾ ਬਾਰੇ ਸ਼ਾਇਦ ਹੀ ਤੁਸੀਂ ਅੱਜ ਤੋਂ ਪਹਿਲਾਂ ਕਦੇ ਸੁਣਿਆ ਹੋਵੇਗਾ। ਇਸ ਦੀ ਪੂਰੀ ਸੱਚੀ ਕਹਾਣੀ ਸੁਣ ਕੇ ਤੁਹਾਡਾ ਇਨਸਾਨੀਅਤ ਦੇ ਉੱਪਰੋਂ ਯਕੀਨ ਉੱਠ ਜਾਵੇਗਾ। ਮੈਕਸੀਕੋ ਦੇ ਸਿਨਾਲੋਵਾ ਸ਼ਹਿਰ ਦੇ ਵਿੱਚ 1834 ਨੂੰ ਜੂਲੀਆ ਪੈਟਰਾਨਾ ਦਾ ਜਨਮ ਹੋਇਆ ਸੀ। ਜਨਮ ਦੇ ਸਮੇਂ ਤੋਂ ਹੀ ਜੂਲੀਆ ਨੂੰ 2 ਗੰਭੀਰ ਬਿਮਾਰੀਆਂ ਸਨ। ਇਹਨਾਂ ਗੰਭੀਰ ਬਿਮਾਰੀਆਂ ਦੇ ਵਿੱਚੋਂ ਇੱਕ ਬਿਮਾਰੀ ਸੀ ਹੈਪਰੋਟੋਚਿਸ, ਜਿਸ ਦੇ ਕਾਰਨ ਉਸ ਦੇ ਸਾਰੇ ਸਰੀਰ ਦੇ ਉੱਪਰ ਬਹੁਤ ਜ਼ਿਆਦਾ ਸੰਘਣੇ ਵਾਲ ਸਨ, ਇੱਥੋਂ ਤੱਕ ਕਿ ਉਸਦਾ ਚਿਹਰਾ ਵੀ ਵਾਲਾਂ ਦੇ ਨਾਲ ਢੱਕਿਆ ਹੋਇਆ ਸੀ। ਤੇ ਜੂਲੀਆ ਨੂੰ ਦੂਜੀ ਬਿਮਾਰੀ ਸੀ ਜੈਂਸੀ ਪਰ ਹਾਈਬਲ ਪਲਾਸੀਆ। ਇਸ ਬਿਮਾਰੀ ਦੇ ਕਾਰਨ ਹੀ ਜੂਲੀਆ ਦੇ ਬੁੱਲ ਅਤੇ ਜਵਾੜੇ ਕਾਫੀ ਜ਼ਿਆਦਾ ਵੱਡੇ ਸਨ ਤੇ ਉਹ ਬਾਹਰ ਨੂੰ ਨਿਕਲੇ ਹੋਏ ਸਨ। ਜੂਲੀਆ ਦੇ ਦੰਦ ਬਾਹਰ ਨੂੰ ਨਿਕਲੇ ਹੋਏ ਤੇ ਟੇਢੇ ਮੇਢੇ ਸਨ। ਇਸ ਕਾਰਨ ਜੂਲੀਆ ਨੂੰ ਬਚਪਨ ਤੋਂ ਹੀ ਕੋਈ ਭਾਲੂ ਔਰਤ ਕਹਿੰਦਾ ਤੇ ਕੋਈ ਗੋਰਿਲਾ ਔਰਤ ਕਹਿੰਦਾ ਸੀ। ਕੁਝ ਹੀ ਸਮੇਂ ਦੇ ਵਿੱਚ ਲੋਕਾਂ ਨੇ ਉਸ ਨੂੰ ਅਗਲੀ ਵੂਮਨ ਆਫ ਦਾ ਪਲੈਨਟ ਯਾਨੀ ਕਿ ਦੁਨੀਆ ਦੀ ਸਭ ਤੋਂ ਬਦਸੂਰਤ ਔਰਤ ਦਾ ਖਿਤਾਬ ਵੀ ਦੇ ਦਿੱਤਾ। ਜੂਲੀਆ ਦੇ ਬਚਪਨ ਦੇ ਬਾਰੇ ਵਿੱਚ ਸਾਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ। ਕੋਈ ਕਹਿੰਦਾ ਹੈ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਮਰਨ ਦੇ ਲਈ ਇੱਕ ਜੰਗਲ ਦੇ ਵਿੱਚ ਛੱਡ ਦਿੱਤਾ ਸੀ ਤੇ ਕੁਝ ਦਾ ਕਹਿਣਾ ਹੈ ਕਿ ਉਸ ਦੇ ਚਾਚੇ ਨੇ ਉਸ ਨੂੰ ਸਰਕਸ ਦੇ ਲੋਕਾਂ ਨੂੰ ਵੇਚ ਦਿੱਤਾ ਸੀ। ਪਰ ਸਭ ਤੋਂ ਜ਼ਿਆਦਾ ਜਿਸ ਗੱਲ ਦੇ ਉੱਪਰ ਵਿਸ਼ਵਾਸ ਕੀਤਾ ਜਾਂਦਾ ਹੈ ਉਹ ਇਹ ਗੱਲ ਹੈ ਕਿ ਜੂਲੀਆ ਦਾ ਬਚਪਨ ਇੱਕ ਅਨਾਥ ਆਸ਼ਰਮ ਦੇ ਵਿੱਚ ਬੀਤਿਆ ਤੇ ਜਦੋਂ ਉਹ ਕੁਝ ਵੱਡੀ ਹੋਈ ਤਾਂ ਮੈਕਸੀਕੋ ਦੇ ਗਵਰਨਰ ਨੇ ਉਸ ਨੂੰ ਆਪਣੇ ਘਰੇ ਕੰਮ ਤੇ ਰੱਖ ਲਿਆ ਤੇ ਉਸ ਗਵਰਨਰ ਦੇ ਘਰੇ ਰਹਿ ਕੇ ਜੂਲੀਆ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਚੀਜ਼ਾਂ ਸਿੱਖੀਆਂ। ਉੱਥੇ ਰਹਿ ਕੇ ਜੂਲੀਆ ਨੇ ਗਾਣਾ ਗਾਉਣਾ ਤੇ ਡਾਂਸ ਕਰਨਾ ਵੀ ਸਿੱਖਿਆ ਤੇ ਨਾਲ ਦੀ ਨਾਲ ਹੀ ਜੂਲੀਆ ਨੇ ਉੱਥੇ ਕਈ ਭਾਸ਼ਾਵਾਂ ਵੀ ਸਿੱਖ ਲਈਆਂ। ਸਪੈਨਿਸ਼, ਇੰਗਲਿਸ਼ ਤੇ ਫ੍ਰੈਂਚ ਲੈਂਗੁਏਜ ਜੂਲੀਆ ਚੰਗੀ ਤਰ੍ਹਾਂ ਸਮਝਣ ਤੇ ਬੋਲਣ ਲੱਗ ਗਈ ਸੀ। ਜੂਲੀਆ ਦਾ ਬਚਪਨ ਦੇ ਸਮੇਂ ਤੋਂ ਹੀ ਲੋਕ ਕਾਫੀ ਜ਼ਿਆਦਾ ਮਜ਼ਾਕ ਉਡਾਉਂਦੇ ਸਨ ਤੇ ਉਹ ਜਿੱਥੇ ਵੀ ਜਾਂਦੀ ਲੋਕ ਉਸ ਨੂੰ ਦੇਖ ਕੇ ਖੜ ਜਾਂਦੇ ਤੇ ਉੱਚੀ ਉੱਚੀ ਹੱਸਣ ਲੱਗ ਜਾਂਦੇ। 1854 ਦੇ ਵਿੱਚ ਕਿਸੇ ਨੇ ਜੂਲੀਆ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਇਸ ਤਰ੍ਹਾਂ ਦੇ ਸਰੀਰ ਤੋਂ ਪੈਸਾ ਵੀ ਕਮਾ ਸਕਦੀ ਹੈ ਤੇ ਉਸ ਨੂੰ ਇੱਕ ਸਰਕਸ ਨੂੰ ਜੁਆਇਨ ਕਰ ਲੈਣਾ ਚਾਹੀਦਾ ਹੈ। ਉਸ ਤੋਂ ਬਾਅਦ ਉਸਨੇ ਅਮਰੀਕਨ ਸਰਕਸ ਨੂੰ ਜੁਆਇਨ ਕਰ ਲਿਆ। ਦਸੰਬਰ 1854 ਦੇ ਵਿੱਚ ਉਸਨੇ ਪਹਿਲੀ ਵਾਰ ਇਸ ਸਰਕਸ ਦੇ ਵਿੱਚ ਪ੍ਰਦਰਸ਼ਨ ਕੀਤਾ। ਜੂਲੀਆ ਨੂੰ ਦੇਖਣ ਦੇ ਲਈ ਹਜ਼ਾਰਾਂ ਲੋਕਾਂ ਦੀ ਭੀੜ ਸਰਕਸ ਦੇ ਵਿੱਚ ਆਉਣ ਲੱਗੀ। ਉਹ ਉਸਦਾ ਡਾਂਸ ਜਾਂ ਉਸਦੀ ਸਿੰਗਿੰਗ ਦੇਖਣ ਨਹੀਂ ਆਉਂਦੇ ਸਨ ਬਲਕਿ ਉਸਦੀ ਅਜੀਬੋ ਗਰੀਬ ਸ਼ਕਲ ਦੇਖਣ ਦੇ ਲਈ ਆਉਂਦੇ ਸਨ। ਜੂਲੀਆ ਦੇ ਕਾਰਨ ਉਸ ਸਰਕਸ ਦੀਆਂ ਟਿਕਟਾਂ ਮਹਿੰਗੇ ਰੇਟ ਦੇ ਵਿੱਚ ਵਿਕਣ ਲੱਗੀਆਂ। ਇਹ ਉਹ ਦੌਰ ਸੀ ਜਦੋਂ ਅਜੀਬੋ ਗਰੀਬ ਦੇਖਣ ਵਾਲੇ ਲੋਕਾਂ ਨੂੰ ਲੋਕਾਂ ਸਾਹਮਣੇ ਦਿਖਾ ਕੇ ਪੈਸੇ ਕਮਾਏ ਜਾਂਦੇ ਸਨ। ਇੱਥੇ ਹੀ ਰਹਿੰਦਿਆਂ ਜੂਲੀਆ ਦਾ ਵਿਆਹ ਇਸ ਸਰਕਸ ਦੇ ਮੈਨੇਜਰ ਥਿਊ ਦੇ ਨਾਲ ਹੋ ਗਿਆ ਜਿਹੜਾ ਕਿ ਇੱਕ ਬਹੁਤ ਹੀ ਜ਼ਿਆਦਾ ਲਾਲਚੀ ਇਨਸਾਨ ਸੀ। ਅਸਲ ਦੇ ਵਿੱਚ ਥਿਊ ਨੇ ਜੂਲੀਆ ਦੇ ਨਾਲ ਵਿਆਹ ਇਸ ਕਰਕੇ ਕੀਤਾ ਸੀ ਤਾਂ ਕਿ ਸਰਕਸ ਦੇ ਵਿੱਚ ਕੰਮ ਕਰਦੇ ਲਈ ਉਸ ਨੂੰ ਜੂਲੀਆ ਨੂੰ ਪੈਸੇ ਨਾ ਦੇਣੇ ਪੈਣ। ਪੂਰੇ ਮੈਕਸੀਕੋ ਦੇ ਵਿੱਚ ਜੂਲੀਆ ਕਾਫੀ ਜ਼ਿਆਦਾ ਮਸ਼ਹੂਰ ਹੋ ਗਈ ਸੀ ਤੇ 1896 ਦੇ ਵਿੱਚ ਜਦੋਂ ਜੂਲੀਆ ਸਿਰਫ 26 ਸਾਲ ਦੀ ਸੀ ਤਾਂ ਉਦੋਂ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਤੇ ਇਸ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਜੂਲੀਆ ਦੀ ਮੌਤ ਹੋ ਗਈ ਤੇ ਜਿਸ ਬੱਚੇ ਨੂੰ ਜੂਲੀਆ ਨੇ ਜਨਮ ਦਿੱਤਾ ਸੀ ਉਹ ਵੀ ਆਪਣੀ ਬਿਲਕੁਲ ਮਾਂ ਵਾਂਗੂ ਹੀ ਦਿਸਦਾ ਸੀ। ਪਰ ਜਨਮ ਦੇ ਕੁਝ ਦਿਨਾਂ ਬਾਅਦ ਹੀ ਜੂਲੀਆ ਦਾ ਬੱਚਾ ਵੀ ਮਰ ਗਿਆ। ਪਰ ਜੂਲੀਆ ਦੇ ਬੱਚੇ ਤੇ ਜੂਲੀਆ ਨੂੰ ਆਮ ਲੋਕਾਂ ਵਾਂਗ ਦਫਨਾਇਆ ਜਾਂ ਜਲਾਇਆ ਨਹੀਂ ਗਿਆ ਬਲਕਿ ਉਹਨਾਂ ਨੂੰ ਸਾਂਭ ਕੇ ਰੱਖ ਲਿਆ ਗਿਆ। ਜੂਲੀਆ ਦਾ ਪਤੀ ਇੰਨਾ ਘਟੀਆ ਇਨਸਾਨ ਸੀ, ਉਸਨੇ ਆਪਣੀ ਪਤਨੀ ਅਤੇ ਆਪਣੇ ਬੱਚੇ ਦੀ ਲਾਸ਼ ਜਾਣ ਕੇ ਜੂਲੀਆ ਤੇ ਉਸਦੇ ਬੱਚੇ ਦੀ ਲਾਸ਼ ਨੂੰ ਮੈਕਸੀਕੋ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੂੰ ਦੇ ਦਿੱਤਾ। ਇਸ ਡਾਕਟਰ ਨੇ ਜੂਲੀਆ ਤੇ ਉਸਦੇ ਬੱਚੇ ਦੀ ਲਾਸ਼ ਨੂੰ ਇੱਕ ਮਮੀ ਬਣਾ ਦਿੱਤਾ ਤੇ ਉਸਦੇ ਉੱਪਰ ਕਈ ਤਰ੍ਹਾਂ ਦੇ ਕੈਮੀਕਲ ਦੇ ਲੇਪ ਲਗਾ ਕੇ ਉਸਦੀ ਲਾਸ਼ ਨੂੰ ਗਲਣ ਸੜਨ ਤੋਂ ਬਚਾ ਲਿਆ। ਕੁਝ ਮਹੀਨਿਆਂ ਬਾਅਦ ਥਿਊ ਯਾਨੀ ਕਿ ਜੂਲੀਆ ਦੇ ਪਤੀ ਨੇ ਉਸ ਡਾਕਟਰ ਤੋਂ ਆਪਣੀ ਪਤਨੀ ਯਾਨੀ ਕਿ ਜੂਲੀਆ ਤੇ ਉਸਦੇ ਬੱਚੇ ਦੀਆਂ ਬੋਡੀਆਂ ਵਾਪਸ ਲੈ ਲਈਆਂ ਤੇ ਉਹਨਾਂ ਨੂੰ ਲੈ ਕੇ ਉਹ ਲੰਡਨ ਚਲਿਆ ਗਿਆ। ਲੰਡਨ ਜਾ ਕੇ ਉਸਨੇ ਜੂਲੀਆ ਤੇ ਉਸਦੇ ਬੱਚੇ ਦੀ ਬੋਡੀ ਨੂੰ ਇੱਕ ਸ਼ੀਸ਼ੇ ਦੇ ਫਰੇਮ ਦੇ ਵਿੱਚ ਜੜਾ ਦਿੱਤਾ ਤੇ ਲੋਕਾਂ ਦੇ ਸਾਹਮਣੇ ਉਹ ਉਹਨਾਂ ਨੂੰ ਦਿਖਾਉਣ ਲੱਗਾ। ਲੰਡਨ ਦੇ ਵਿੱਚ ਥਿਊ ਦੀ ਮੁਲਾਕਾਤ ਇੱਕ ਹੋਰ ਔਰਤ ਦੇ ਨਾਲ ਹੁੰਦੀ ਹੈ ਜਿਹੜੀ ਕਿ ਦੇਖਣ ਦੇ ਵਿੱਚ ਬਿਲਕੁਲ ਜੂਲੀਆ ਵਰਗੀ ਦਿਖਾਈ ਦਿੰਦੀ ਸੀ। ਥਿਊ ਨੇ ਉਸਦੇ ਨਾਲ ਵੀ ਵਿਆਹ ਕਰ ਲਿਆ ਤੇ ਦੂਜੇ ਲੋਕਾਂ ਨੂੰ ਕਿਹਾ ਜਾਣ ਕਿ ਆਮ ਲੋਕਾਂ ਨੂੰ ਕਿਹਾ ਕਿ ਇਹ ਜੂਲੀਆ ਦੀ ਭੈਣ ਹੈ। ਇਸ ਤਰ੍ਹਾਂ ਥਿਊ ਦੀ ਦੂਜੀ ਪਤਨੀ ਸਟੇਜ ਦੇ ਉੱਪਰ ਪਰਫਾਰਮੈਂਸ ਦਿੰਦੀ ਤੇ ਥਿਊ ਦੀ ਪਹਿਲੀ ਪਤਨੀ ਯਾਨੀ ਕਿ ਜੂਲੀਆ ਤੇ ਉਸਦੇ ਬੱਚੇ ਦੀਆਂ ਜਿਹੜੀਆਂ ਮੰਮੀਆਂ ਸੀ ਉਹ ਸ਼ੀਸ਼ੇ ਦੇ ਵਿੱਚ ਉਸ ਔਰਤ ਦੇ ਪਿੱਛੇ ਰੱਖੀਆਂ ਜਾਂਦੀਆਂ ਸਟੇਜ ਦੇ ਉੱਪਰ। ਕੁਝ ਸਾਲਾਂ ਬਾਅਦ ਜੂਲੀਆ ਦੇ ਪਤੀ ਥਿਊ ਦੀ ਮੌਤ ਹੋ ਜਾਂਦੀ ਹੈ ਤੇ ਉਸਦੀ ਦੂਜੀ ਪਤਨੀ ਜੂਲੀਆ ਤੇ ਉਸਦੇ ਬੇਟੇ ਦੀ ਮੰਮੀ ਨੂੰ ਇੱਕ ਨਾਰਵੇ ਦੇ ਵਪਾਰੀ ਨੂੰ ਵੇਚ ਦਿੰਦੀ ਹੈ। ਇਸ ਤੋਂ ਬਾਅਦ ਨਾਰਵੇ ਦੇ ਓਸਲੋ ਸ਼ਹਿਰ ਦੇ ਵਿੱਚ ਜੂਲੀਆ ਦੀ ਬੋਡੀ ਨੂੰ ਚੈਂਬਰ ਆਫ ਹਾਰਰ ਦੇ ਵਿੱਚ ਰੱਖਿਆ ਜਾਂਦਾ ਹੈ ਯਾਨੀ ਕਿ ਜੂਲੀਆ ਦੀ ਬੋਡੀ ਨੂੰ ਹੁਣ ਉੱਥੇ ਲੋਕਾਂ ਨੂੰ ਡਰਾਉਣ ਦੇ ਲਈ ਰੱਖਿਆ ਗਿਆ। ਇਸ ਤੋਂ ਬਾਅਦ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਜੂਲੀਆ ਦੀ ਬੋਡੀ ਨੂੰ ਪ੍ਰਦਰਸ਼ਿਤ ਕੀਤਾ ਗਿਆ ਤੇ ਉਸ ਤੋਂ ਪੈਸਾ ਕਮਾਇਆ ਗਿਆ ਤੇ ਅਜਿਹਾ
चलता रहा पर सन 1973 दे विच कई यूरोपियन देशां ने इंसान की बॉडी नूं दिखा के उस तों पैसा कमाउण ते रोक लगा दित्ती। उस तों बाद जूलिया ते उसदे बच्चे की बॉडी नूं नॉर्वे के ओस्लो शहर दे विच एक स्टोर दे विच रख दिता गया। एक दिन कोई शरारती बच्चे इस स्टोर दे विच वड़ जांदे ने, जूलिया दे हाथ नूं उसदी बॉडी दे नालों तोड़ दिंदे ने ते उसदे बच्चे की बॉडी नूं चक के लिजा के बाहर मैदान दे विच सुट दिंदे ने ते उसदे बच्चे की बॉडी नूं उत्थे चूहे खा जांदे ने। 1979 दे विच इस स्टोर दे विचों जूलिया की बॉडी चोरी हो जाती है ते पूरे 11 साल बाद ओस्लो शहर दे एक इंस्टीट्यूट दे विचों उसकी बॉडी यानी कि 1990 दे विच वो वापस बरामद हो जाती है। इस तों बाद कुछ सालों तक डॉक्टरों ने जूलिया की बॉडी के उपर सर्च की, फिर लौरा नाम की औरत नूं इस बारे पता लगता है। वह भी मैक्सीको की रहने वाली सी ते उसे यूनीवर्सिटी दे विच काम करती सी जिथे इसकी यानी कि जूलिया की बॉडी के उपर सर्च की जाती सी। जदों लौरा नूं जूलिया की पूरी कहानी बारे पता लगता है तो वह मन दे विच ठान लैंदी है कि वह जूलिया का अंतम संस्कार करेगी ते पूरे रीति रिवाजां दे नाल करेगी, चाहे उसनूं इस दे लई कुछ भी क्यों ना करना पवे। इस तों बाद यूनीवर्सिटी दे विच इक पटीशन लगाउंदी है कि जूलिया की बॉडी नूं वापस मैक्सीको देश नूं दे दित्ता जाए। पहलां तां यूनीवर्सिटी लौरा नूं जूलिया की बॉडी देण तों मना कर दिंदी है, पर लौरा जदों ह्यूमन राइट्स की मदद लैंदी है तां ह्यूमन राइट्स की मदद दे नाल उह जूलिया की बॉडी नूं वापस मैक्सीको लियाण दे विच कामयाब हो जाती है। जूलिया की बॉडी नूं वापस लियाउण दे लई लौरा नूं काफ़ी ज़्यादा संघर्ष करना पिया। उसनूं काफ़ी ज़्यादा नॉर्वे की कोर्ट अते ह्यूमन राइट्स के चक्कर लगाने पे। साल 2013 दे विच मैक्सीको सिनालोआ शहर दे विच पूरे आदर ते सम्मान दे नाल जूलिया दी बॉडी नूं दफनाया जांदा है। उस नूं चिट्टे तबूक दे विच चिट्टे गुलाब दे फुल्लां दे नाल अंतम विदाई दित्ती जांदी है। जूलिया नूं दफनाउंदे समें उस शहर दे गवर्नर तों लै के फादर तक सारे उस नूं अंतम विदाई दिंदे ने। जूलिया दे जन्म तों लै के अते 150 साल मरन तों बाद तक भी उस नूं कदे उह सम्मान नहीं मिलिया जिस दी उह हकदार सी। इस दे विच जेकर देखिया जावे तां जूलिया दा कोई भी कसूर नहीं सी, बल्कि उह कुछ बीमारियां दे कारण जम्मी सी जिस दे नाल उसदी शक्ल इस तरह दी हो गई सी। इस जी जूलिया दी जिंदगी उपर आधारित एक सच्ची कहानी तुहानू साडी वीडियो किदां लगी कमेंट करके जरूर दसना ते साडे यूट्यूब दे चैनल जो टीवी नूं जरूर सबसक्राइब करना। धन्यवाद।